ਬਿਆਸ ਤੋਂ ਅੱਜ ਵੱਡਾ ਕਾਫਲਾ ਕਿਸਾਨਾਂ ਦਾ ਰਵਾਨਾ ਕੀਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਅਗਵਾਈ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਲਈ ਰਵਾਨਾ ਹੋਏ ਨੇ। ਹਾਲਾਂਕਿ ਅੱਜ ਫਤਿਹਗੜ੍ਹ ਸਾਹਿਬ ਪਹੁੰਚਣਗੇ ਔਰ ਕੱਲ੍ਹ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਦੇ ਲਈ ਕੂਚ ਕੀਤਾ ਜਾਣਾ। ਪਰ ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਜਿਸ ਤਰੀਕੇ ਦੀ ਤਿਆਰੀ ਕੀਤੀ ਗਈ ਹੈ ਉਸ ਨੂੰ ਕਿਸਾਨ ਕਿੱਦਾਂ ਦੇਖਦੇ ਨੇ, ਮੇਰੇ ਨਾਲ ਇਸ ਵੇਲੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ। ਪੰਧੇਰ ਸਾਹਿਬ, ਤਿਆਰੀਆਂ ਤੁਸੀਂ ਲਗਾਤਾਰ ਸੋਸ਼ਲ ਮੀਡੀਆ ਦੇ ਜ਼ਰੀਏ ਦੇਖ ਹੀ ਚੁੱਕੇ ਹੋਗੇ, ਉਸ ਤੋਂ ਬਾਅਦ ਤੁਹਾਡੀ ਤਿਆਰੀ ਦੇ ਵਿੱਚ ਕਿਸ ਤਰੀਕੇ ਦਾ ਕੋਈ ਬਦਲਾਅ ਜਾਂ ਕੋਈ ਵਾਧਾ ਕੀਤਾ ਗਿਆ? ਦੇਖੋ, ਸਰਕਾਰ ਜਿਸ ਕਿਸਮ ਦਾ ਹਰਿਆਣੇ 'ਚ ਕਰ ਰਹੀ ਆ ਉਹ ਟਕਰਾਵਾਂ ਵਾ, ਸਾਡਾ ਉਹੋ ਜਿਹਾ ਕੋਈ ਟਕਰਾਵਾਂ ਹੈ ਨਹੀਂ ਹੈ। ਇਹ ਦੇਸ਼ ਦਾ ਕਿਸਾਨ ਅਤੇ ਖੇਤ ਮਜ਼ਦੂਰ ਆ, ਉਹ ਸਰਕਾਰ ਨਾਲ ਟੇਬਲ 'ਤੇ ਬਹਿ ਕੇ ਮਸਲਿਆਂ ਦਾ ਹੱਲ ਚਾਹੁੰਦਾ ਵੀ 75 ਸਾਲਾਂ 'ਚ ਸਾਨੂੰ ਇਨਸਾਫ ਨਹੀਂ ਮਿਲਿਆ ਹੋਇਆ ਅਤੇ ਸਾਡੀ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਓ, ਠੀਕ ਹੈ। ਡਾਕਟਰ ਸਵਾਮੀਨਾਥਨ ਦੀ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿਓ, C2+100% ਨਾਲ ਗੰਨੇ ਦਾ ਰੇਟ ਦੇ ਦਿਓ, ਸਾਰੇ ਮਿੱਲਾਂ ਦਾ ਬਕਾਇਆ ਦਿਓ, ਲਖੀਮਪੁਰ ਖਰੀਦ ਦਾ ਇਨਸਾਫ ਹੈਗਾ ਸਾਡੇ ਸਾਹਮਣੇ। ਅਰ ਇਹਦੋ ਗਾਂ ਜਿਹੜੇ ਕੇਸ ਦਿੱਲੀ ਵਾਲੇ ਉਹ ਵਾਪਸ ਕਰਾਉਣ ਦਾ ਸਵਾਲ ਹੈਗਾ, ਬਿਜਲੀ ਸੰਸ਼ੋਧਨ ਬਿੱਲ ਪਹਿਲੋਂ ਮੰਨਿਆ ਹੋਇਆ ਇਹ ਨਾ ਲੈ ਕੇ ਆਓ, ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕੱਢੋ, ਮਜ਼ਦੂਰਾਂ ਦੀ ਨਰੇਗਾ 200 ਦਿਨ ਚਲਾਓ, 700 ਰੁਪਇਆ ਦਿਹਾੜੀ ਹੋਵੇ, ਜਿਹੜੀ ਆਦਿਵਾਸੀ ਆ ਉਹਨਾਂ ਦੀ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਨੀ, ਉਹ ਮਸਲੇ ਆ। 60 ਸਾਲ 'ਤੇ ਜਦੋਂ ਕਿਸਾਨ ਖੇਤ ਮਜ਼ਦੂਰ ਹੁੰਦਾ 10,000 ਰੁਪਇਆ ਦਿਓ। ਸਰਕਾਰ ਆਪਣੇ ਦਮ 'ਤੇ ਫਸਲੀ ਬੀਮਾ ਯੋਜਨਾ ਚਾਲੂ ਕਰੇ, WTO ਤੋਂ ਭਾਰਤ ਨੂੰ ਖੇਤੀ ਨੂੰ ਬਾਹਰ ਕਰਨਾ ਚਾਹੀਦਾ, ਇਹੋ ਜਿਹੀਆਂ ਮੰਗਾਂ ਨੇ। ਅਸੀਂ ਤਾਂ ਟੇਬਲ 'ਤੇ ਬਹਿ ਕੇ ਮੰਗਾਂ ਮਨਾਉਣਾ ਚਾਹੁੰਦੇ ਆ, ਨਹੀਂ ਸਰਕਾਰ ਮੰਨਦੀ ਉਹਨਾਂ ਦੀ ਮਰਜ਼ੀ ਆ। ਅਸੀਂ ਫਿਰ ਇਸ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਆਪਣਾ ਸੰਵਿਧਾਨਕ ਹੱਕ ਮੋਰਚਾ ਲਾਉਣਾ ਜਾਂ ਪ੍ਰਦਰਸ਼ਨ ਕਰਨ ਦਾ ਹੱਕ ਮੰਗਦੇ ਹਾਂ, ਸਾਡਾ ਕੋਈ ਟਕਰਾਵਾਂ ਨਹੀਂ ਹੈ। ਦੂਜੇ ਪਾਸੇ ਬੈਠਕਾਂ ਦਾ ਵੀ ਦੌਰ ਲਗਾਤਾਰ ਜਾਰੀ, ਅੱਜ ਵੀ ਮੀਟਿੰਗ ਹੋਣ ਜਾਰੀ ਹੈ, ਲੱਗਦਾ ਕਿ ਕੋਈ ਉਹਦੇ ਵਿੱਚ ਠੋਸ ਕੋਈ ਸਿੱਟਾ ਨਿਕਲੇਗਾ ਜਿਹਦੇ ਕਰਕੇ ਟਰਾਲੀਆਂ ਜਿਹੜੀਆਂ ਦਿੱਲੀ ਵਾਲੇ ਪਾਸੇ ਨੂੰ ਜਾ ਰਹੀਆਂ ਉਹ ਵਾਪਸ ਫਿਰ ਅੰਮ੍ਰਿਤਸਰ ਵਾਲੇ ਪਾਸੇ? ਦੇਖੇ, ਫਿਲਹਾਲ ਇਹਦੇ ਬਾਰੇ ਦਾਅਵੇ ਕਰਨੇ ਮੈਨੂੰ ਲੱਗਦਾ ਮੀਟਿੰਗ ਤੋਂ ਪਹਿਲਾਂ ਠੀਕ ਨਹੀਂ ਹੈਗਾ। ਅਸੀਂ ਤਾਂ ਜਦੋਂ ਸਰਕਾਰ ਗੱਲਬਾਤ ਲਈ ਸੱਦਦੀ ਆ ਅਸੀਂ ਤਾਂ ਜਾਂਦੇ ਹਾਂ ਨਾ, ਕਿ ਅਸੀਂ ਤੁਹਾਡੇ ਸਾਹਮਣੇ ਆਹ ਮੰਗਾਂ ਰੱਖ ਰਹੇ ਹਾਂ, ਤੁਸੀਂ ਕੋਈ ਹੱਲ ਕਰੋ। ਮਤਲਬ ਇਸ ਕਿਸਮ ਦਾ ਸਰਕਾਰ ਨੂੰ ਕਦੀ ਮੌਕਾ ਨਹੀਂ ਦੇਵਾਂਗੇ ਵੀ ਸਰਕਾਰ ਕਹੇ ਕਿਸਾਨ ਆਗੂ ਗੱਲ ਨਹੀਂ ਸੁਣਨਾ ਚਾਹੁੰਦੇ, ਸਾਡੇ ਨਾਲ ਵਾਰਤਾ ਨਹੀਂ ਕਰਨਾ ਚਾਹੁੰਦੇ। ਹੁਣ ਜੇ ਉਹ ਇਹ ਭਾਰਤ ਦੇ ਵਿੱਚ ਤੁਸੀਂ ਦੇਖੋ 60% ਕਿਸਾਨ ਆ, ਖੇਤ ਮਜ਼ਦੂਰ ਪਾ ਲਓ 80% ਆ। ਜੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਇਹਨਾਂ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਸਤਿਕਾਰ ਕਰਦੇ ਉਹਨਾਂ ਦਾ ਕੱਦ ਵਧੂਗਾ, ਠੀਕ ਆ। ਹੁਣ ਇਹ ਤਾਂ ਮੀਟਿੰਗ ਤੋਂ ਬਾਅਦ ਪਤਾ ਲੱਗੂਗਾ। ਕੱਲ ਦਾ ਜਿਹੜਾ ਮੁੱਖ ਮੰਤਰੀ ਦਾ ਬਿਆਨ ਸੀ ਉਹਨੂੰ ਕਿੱਦਾਂ ਦੇਖ ਰਹੇ ਨੇ ਕਿਸਾਨਾਂ? ਹਾਂ, ਮੈਨੂੰ ਉੱਟਪੁੱਟ ਖਬਰਾਂ ਲੱਗੀਆਂ। ਦੇਖੋ ਨਾ, ਅਸੀਂ ਕੋਈ ਵੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਹੈਗਾ ਚੰਗੀ ਗੱਲ ਆ, ਪਰ ਤੁਹਾਨੂੰ ਪਤਾ ਵੀ ਇਸ ਵੇਲੇ ਲੋਕ ਸਭਾ ਦੀਆਂ ਇਲੈਕਸ਼ਨਾਂ ਵੀ ਹੈਗੀਆਂ, ਹਰ ਮਤਲਬ ਜਦੋਂ ਮਾਹੌਲ ਗਰਮ ਹੈ ਹਰ ਗੱਲ ਕਰਨਾ ਚਾਹੁੰਦਾ, ਪਰ ਜੇ ਪੰਜਾਬ ਦੇ CM ਸੀਰੀਅਸ ਨੇ ਕਿਸਾਨਾਂ ਮਜ਼ਦੂਰਾਂ ਲਈ ਤਾਂ ਮਾੜੀ ਗੱਲ ਨਹੀਂ ਹੈਗੀ। ਜੇਕਰ ਤਿਆਰੀ ਜਿਸ ਤਰੀਕੇ ਦੀ ਹਰਿਆਣਾ ਪੁਲਿਸ ਦੀ ਹੈ, ਲੱਗਦਾ ਕਿ ਕਿਸਾਨ ਦਿੱਲੀ ਦੇ ਵਿੱਚ ਪਹੁੰਚਣ ਦੇ ਵਿੱਚ ਕਾਮਯਾਬ ਹੋਏਗਾ? ਸਵਾਲ ਸਾਡਾ ਦਿੱਲੀ ਪਹੁੰਚਣਾ ਅਣਖ ਦਾ ਸਵਾਲ ਨਹੀਂ ਹੈ, ਸਾਡਾ ਮਸਲਿਆਂ ਦਾ ਹੱਲ ਕਰਾਉਣਾ ਸਵਾਲ ਆ। ਦੇਖ ਲੈਣ, ਖੱਟਰ ਸਾਹਿਬ ਹਰਿਆਣਾ ਦੇ ਲੋਕਾਂ ਨੇ ਚੁਣੇ ਨੇ, ਕੋਈ CM ਜ਼ੁਲਮ ਕਰੂਗਾ ਲੋਕ ਦੇਖ ਲੈਣਗੇ ਅਗਲੀ ਵਾਰੀ ਇਹੋ ਜਿਹਾ CM ਚਾਹੀਦਾ ਕਿ ਨਹੀਂ ਚਾਹੀਦਾ। ਪਰ ਦੂਜੇ ਪਾਸੇ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਪੇਪਰਾਂ ਦੇ ਦਿਨ ਨੇ, ਐਗਜ਼ਾਮ ਚੱਲ ਰਹੇ ਬੱਚਿਆਂ ਦੇ, ਇੰਟਰਨੈਟ ਬੰਦ ਕਰ ਦਿੱਤਾ ਗਿਆ, ਉਹਦੇ ਲਈ ਕਿਸਾਨ ਜ਼ਿੰਮੇਵਾਰ ਹੈ ਜਾਂ ਸਰਕਾਰ ਜ਼ਿੰਮੇਵਾਰ? ਦੇਖੋ, ਕਿਸਾਨ ਤਾਂ ਦੇਖੋ ਬਹੁਤ ਮੀਡੀਆ ਬੋਲਦਾ ਸੜਕਣਾ ਜਾਮ ਕਰੋ, ਅਸੀਂ ਤਾਂ ਨਹੀਂ ਕੁਛ ਨਾ ਸਾਡਾ ਬਲੌਕਟ ਦਾ ਕੋਈ ਇਰਾਦਾ ਹੈਗਾ, ਅਸੀਂ ਤਾਂ ਨਹੀਂ ਕਰ ਰਹੇ। ਅਸੀਂ ਤਾਂ ਹੱਕ ਮੰਗ ਰਹੇ, ਪਹਿਲਾਂ ਮੰਗਾਂ ਮੰਨ ਲਓ, ਨਹੀਂ ਮੰਗਾਂ ਮੰਨਣੀਆਂ ਸਾਨੂੰ ਪੂਰਾ ਅਮਨ ਢੰਗ ਨਾਲ ਆਪਣਾ ਅੰਦੋਲਨ ਕਰ ਦਿਓ। ਹੁਣ ਬੈਰੀਕੇਟਿੰਗ ਦਾ ਨੈਸ਼ਨਲ ਐਕਟ ਕਹਿੰਦਾ ਹਾਈਵੇ ਦਾ ਵੀ ਕੋਈ ਤੁਸੀਂ ਕਰ ਨਹੀਂ ਸਕਦੇ, ਹੁਣ ਤਾਂ ਖੱਟਰ ਸਾਹਿਬ ਖੁਦ ਨੈਸ਼ਨਲ ਐਕਟ ਦੀ ਵਾਇਲੈਂਸ ਕਰ ਰਹੇ, ਨੈਸ਼ਨਲ ਹਾਈਵੇ ਦੀ ਉੱਤੇ ਦੀਵਾਰਾਂ ਬਣਾ ਰਹੇ ਆ, ਪੂਰਾ ਐਂ ਲੱਗਦਾ ਜਿਵੇਂ ਕੌਮਾਂਤਰੀ ਸਰਹੱਦ ਹੋਵੇ ਪੰਜਾਬ ਅਤੇ ਹਰਿਆਣਾ।
ਨਹੀਂ ਚਾਹੀਦਾ। ਲਾਅ ਐਂਡ ਆਰਡਰ ਦਾ ਹਵਾਲਾ ਦਿੰਦੇ ਆ ਕਿ ਅਸੀਂ ਕਿਸੇ ਸ਼ਰਤ ਤੇ ਜਿਹੜੀ ਕਾਨੂੰਨ ਵਿਵਸਥਾ ਉਹਨੂੰ ਖਰਾਬ ਨਹੀਂ ਹੋਣ ਦੇਣਾ। ਕਦੋਂ ਅਸੀਂ ਕਦੋਂ ਕਿਹਾ ਵੀ ਕਾਨੂੰਨ ਵਿਵਸਥਾ ਖਰਾਬ ਹੋਵੇ? ਅਸੀਂ ਥੋੜਾ ਕਿਹਾ। ਹਾਂ, ਜਿਹੜੀ ਹੁਣ ਜੋ ਕੁਝ ਉਹ ਕਰ ਰਹੇ ਨੇ ਇਹਦੇ ਨਾਲ ਪੜਕਾਹਟ ਪੈ ਰਹੀ ਲੋਕਾਂ ਦੇ। ਠੀਕ ਆ, ਅਸੀਂ ਕੋਈ ਥੋੜਾ ਕਿਸੇ ਨੂੰ ਕਹਿੰਦੇ ਪੜਕਾਹਟ ਕਰਦਾ, ਯਾਨੀ ਕਿਸੇ ਵੀ ਡੈਮੋਕ੍ਰੈਟਿਕ ਢੰਗ ਨਾਲ ਉਹ ਜਸਟੀਫਾਈ ਕਰਨ ਵੀ ਜੋ ਕੁਝ ਉਹ ਕਰ ਰਹੇ ਨੇ ਇਹ ਕਿਹੜੇ ਢੰਗ ਨਾਲ ਸਹੀ ਹੈਗਾ, ਇਹ ਕਿਹੜੇ ਢੰਗ ਨਾਲ ਮਾਨਵੀ ਤਰੀਕਾ ਹੈਗਾ। ਮੈਂ ਤਾਂ ਕਹਿੰਦਾ ਫਰਾਂਸ ਕਰਿਆ ਨਾ, ਫਰਾਂਸ ਉਹਨਾਂ ਨੇ ਇਹੋ ਕੁਝ ਕੀਤਾ ਜੋ ਸਾਡੀ ਸਰਕਾਰ ਕਰ ਰਹੀ ਹੈ। ਤਾਂ ਡੈਮੋਕ੍ਰੈਟੀ ਦਾ ਥੋੜ੍ਹਾ ਜਿਹਾ ਖਿਆਲ ਰੱਖਣਾ, ਤੁਸੀਂ ਚੁਣੇ ਹੋਏ ਲੋਕਾਂ ਦੇ ਨੁਮਾਇੰਦੇ ਹੋ, ਇੱਥੇ ਕੋਈ ਫੌਜੀ ਡਿਕਟੇਟਰਸ਼ਿਪ ਨਹੀਂ, ਡਿਕਟੇਟ ਨਾ ਕਰੋ ਕਿਸਾਨਾਂ ਮਜ਼ਦੂਰਾਂ, ਇਹ ਤੁਹਾਡੇ ਮੁਲਕ ਦੇ। ਆਖਰੀ ਸਵਾਲ, ਅੰਮ੍ਰਿਤਸਰ ਤੋਂ ਅੱਜ ਕਿੰਨੀ ਕੁ, ਜੇਕਰ ਮੈਂ ਗਿਣਤੀ ਦੀ ਗੱਲ ਕਰਾਂ ਤਾਂ ਕਿੰਨੀਆਂ ਕੁ ਟਰਾਲੀਆਂ ਰਵਾਨਾ? ਤੁਸੀਂ ਆਪ ਦਾਵਾ ਕਰੋ, ਮੇਰੇ ਮੂੰਹ ਸੁਣਦੇ ਹੋ, ਤੁਸੀਂ ਆਪ ਦਾਵਾ ਕਰੋ, ਤੁਸੀਂ ਜਾਂਦੀਆਂ ਦੇਖੀਆਂ, ਤੁਸੀਂ ਆਪ ਕਹੋ ਮੀਡੀਆ ਵੀ ਤੁਸੀਂ ਕਿੰਨਾ ਕੁਛ ਦੇਖ ਰਹੇ ਹੋ ਜਾਂਦਾ। ਤਾਂ ਇੱਥੇ ਗੁਰੂ ਰਾਮਦਾਸ ਦੀ ਨਗਰੀ ਆ, ਪੂਰੇ ਪੰਜਾਬ ਦੇ ਵਿੱਚ ਗੁਰੂਆਂ ਦੀ ਧਰਤੀ ਆ, ਲੱਖਾਂ ਟਰਾਲੀਆਂ ਜਾਣੀਆਂ ਦਿੱਲੀ ਵੱਲ ਨੂੰ, ਹਜ਼ਾਰਾਂ ਇੱਥੋਂ ਅਸੀਂ ਕੱਲੇ ਆਪਦੇ ਜ਼ਿਲ੍ਹੇ ਚੋਂ ਰਵਾਨਾ ਕਰ ਦਿੱਤੇ ਹਾਂ, ਬਹੁਤ ਵੱਡੀ ਤਾਦਾਦ ਦਾ। ਇੱਕ ਹੋਰ ਸਵਾਲ, ਜੇਕਰ ਮੈਂ ਪਹਿਲਾਂ ਵੀ ਕਿਹਾ ਕਿ ਤੁਸੀਂ ਕਿਹਾ ਕਿ ਅਣਖ ਦਾ ਸਵਾਲ ਨਹੀਂ ਹੈ ਕਿ ਅਸੀਂ ਦਿੱਲੀ ਪਹੁੰਚਣਾ ਮੰਗ, ਜੇਕਰ ਕਿਸਾਨਾਂ ਨੂੰ ਕਿਸੇ ਵੀ ਥਾਂ ਤੇ ਰੋਕਿਆ ਜਾਂਦਾ ਤਾਂ ਕਿਸਾਨ ਉੱਥੇ ਹੀ ਮੋਰਚਾ ਲਾਉਣ? ਦੇਖੋ, ਜਿਹੜੀਆਂ ਗੱਲਾਂ ਹਜੇ ਭਵਿੱਖ ਚ ਹੋਣੀਆਂ, ਅੱਜ ਉਹਦੇ ਬਾਰੇ ਸਹੀ ਬੋਲਾਂਗੇ, ਕੋਈ ਸਹੀ ਗੱਲ ਨਹੀਂ ਹੋਊ, ਮੌਕੇ ਤੇ ਫੈਸਲਾ ਲੈ, ਮੌਕੇ ਮੁਨਾਸਬ ਅਸੀਂ ਤਾਂ ਕਹਿੰਦੇ ਅੱਜ ਮਸਲਾ ਹੀ ਹੱਲ ਕਰ ਦਿਓ, ਸ਼ਾਇਦ ਲੋੜ ਨਾ ਪਵੇ। ਇਸ ਵੇਲੇ ਮੈਂ ਬਿਆਸ ਪੁਲ ਦੇ ਉੱਤੇ ਮੌਜੂਦ ਹਾਂ, ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਕਿ ਲਗਾਤਾਰ ਟਰਾਲੀਆਂ ਜਿਹੜੀਆਂ ਨੇ ਉਹ ਫਿਲਹਾਲ ਫਤਿਹਗੜ੍ਹ ਸਾਹਿਬ ਦੇ ਲਈ ਰਵਾਨਾ ਹੋ ਰਹੀਆਂ ਨੇ, ਔਰ ਕੱਲ ਦਿੱਲੀ ਕੂਚ ਕਰਨਾ ਕਿਸਾਨ ਨੇ। ਤਾਂ ਤਸਵੀਰਾਂ ਬੇਹੱਦ ਅਹਿਮ ਨੇ, ਕਿਉਂਕਿ ਪਿਛਲੀ ਵਾਰ ਜਿਹੜਾ ਕਿਸਾਨ ਮੋਰਚਾ ਲੱਗਾ ਸੀ ਸਿੰਘੂ ਬਾਰਡਰ ਤੇ, ਤਾਂ ਲਗਭਗ ਉਸੇ ਤਰ੍ਹਾਂ ਦੀਆਂ ਤਸਵੀਰਾਂ ਇਸ ਵੇਲੇ ਨਜ਼ਰ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਇਹ ਸਾਰੀਆਂ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਉਹ ਰਵਾਨਾ ਕੀਤੀਆਂ ਜਾ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਬਕਾਇਦਾ ਤੌਰ ਤੇ ਪੂਰੀ ਜਿਹੜੀ ਤਿਆਰੀ ਦੇ ਵਿੱਚ ਨੇ ਕਿਸਾਨ। ਤੁਸੀਂ ਦੇਖੋ ਕਿ ਵਾਇਰਲੈਸ ਦੇ ਜ਼ਰੀਏ ਇੱਕ ਦੂਸਰੇ ਦੇ ਨਾਲ ਜਿਹੜਾ ਸੰਪਰਕ ਹੈ ਉਹ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ। ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰਾਲੀਆਂ। ਤਾਂ ਇੱਕ ਵਾਰ ਮੈਂ ਸਰਵਨ ਸਿੰਘ ਪੰਧੇਰ ਦੀ ਵੀ ਤਸਵੀਰ ਦਿਖਾ ਦਿਆਂ ਕਿ ਇਸ ਵੇਲੇ ਬੱਸ ਦੇ ਉੱਤੇ ਖੜੇ ਹੋ ਕੇ ਉਹਨਾਂ ਵੱਲੋਂ ਇਹਨਾਂ ਸਾਰੀਆਂ ਟਰਾਲੀਆਂ ਨੂੰ ਔਰ ਪੂਰੇ ਕਾਫਲੇ ਨੂੰ ਜੋ ਹੈ ਉਹ ਰਵਾਨਾ ਕੀਤਾ ਜਾ ਰਿਹਾ ਹੈ। ਤਾਂ ਇਸ ਵੇਲੇ ਦੇਖੋ ਕਿ ਸਰਵਨ ਸਿੰਘ ਪੰਧੇਰ ਪੂਰੇ ਇਸ ਜੱਥੇ ਨੂੰ ਜੋ ਹੈ ਕਮਾਂਡ ਦਿੰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਕਿਸਾਨ ਆਗੂ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਪਰ ਤਸਵੀਰਾਂ ਬੇਹੱਦ ਅਹਿਮ ਨੇ, ਕਿਉਂਕਿ ਪਿੱਛੇ ਕਈ ਕਿਲੋਮੀਟਰ ਤੱਕ ਟਰਾਲੀਆਂ ਦੀ ਜਿਹੜੀ ਲੰਬੀ ਕਤਾਰ ਹੈ ਉਹ ਨਜ਼ਰ ਆ ਰਹੀ ਹੈ, ਔਰ ਸਰਵਨ ਸਿੰਘ ਪੰਧੇਰ ਇਹਨਾਂ ਨੂੰ ਕਮਾਂਡ ਦੇ ਕੇ ਅੱਗੇ ਰਵਾਨਾ ਕਰਦੇ ਹੋਏ ਨਜ਼ਰ ਆ ਰਹੇ ਨੇ। ਇੱਕ ਵਾਰ ਤਸਵੀਰ ਦੇਖੋ ਕਿ ਕਿੰਨੀ ਲੰਬੀ ਲਾਈਨ ਹੈ, ਔਰ ਇਸ ਵੇਲੇ ਬਿਆਸ ਤੋਂ ਇਹ ਟਰਾਲੀਆਂ ਦਾ ਜਿਹੜਾ ਕਾਫਲਾ ਹੈ ਉਹ ਰਵਾਨਾ ਹੋਇਆ, ਔਰ ਅੱਜ ਇਹ ਪੂਰਾ ਜਿਹੜਾ ਕਾਫਲਾ ਹੈ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਜਾ ਕੇ ਰੁਕੇਗਾ, ਔਰ ਕੱਲ੍ਹ ਸਵੇਰ ਤੋਂ। ਤਾਂ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜੇਕਰ ਲੰਬੀ ਕਤਾਰ ਦਿਖਾ ਸਕੀਏ। ਤਾਂ ਤੁਸੀਂ ਦੇਖ ਸਕਦੇ ਕਿ ਪਿੱਛੇ ਕਰੀਬ ਇੱਕ ਕਿਲੋਮੀਟਰ ਤੱਕ ਜਿਹੜੀ ਹੈ ਉਹ ਇਹ ਲੰਬੀ ਲਾਈਨ ਜਿਹੜੀ ਹੈ ਇਸੇ ਤਰੀਕੇ ਦੇ ਨਾਲ ਚੱਲਦੀ ਹੋਈ ਨਜ਼ਰ ਆ ਰਹੀ ਹੈ। ਤਾਂ ਇੱਕ ਬੇਹੱਦ ਵੱਖਰੀ ਤਸਵੀਰ ਇਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਅਸੀਂ ਦਿਖਾ ਰਹੇ ਹਾਂ, ਔਰ ਅੰਮ੍ਰਿਤਸਰ ਜ਼ਿਲ੍ਹੇ ਦੇ ਹੀ ਸਾਰੇ ਪਿੰਡਾਂ ਦੇ ਨਾਲ ਸੰਬੰਧਿਤ ਇਹ ਕਿਸਾਨ ਨੇ। ਤਾਂ ਜੇਕਰ ਇੱਕ ਜ਼ਿਲ੍ਹੇ ਤੋਂ ਇੰਨੀ ਵੱਡੀ ਪੱਧਰ 'ਤੇ ਕਿਸਾਨਾਂ ਦਾ ਕਾਫਲਾ ਰਵਾਨਾ ਹੋ ਰਿਹਾ, ਤਾਂ ਬਾਕੀ ਜ਼ਿਲ੍ਹਿਆਂ ਨੂੰ ਜੇਕਰ ਨਾਲ ਜੋੜ ਕੇ ਦੇਖੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਦਿੱਲੀ ਵਾਲੇ ਪਾਸੇ ਕੱਲ੍ਹ ਕੂਚ ਕਰਨਗੀਆਂ। ਇਸ ਵੇਲੇ ਤੁਸੀਂ ਦੇਖੋ ਕਿ ਵੱਖਰੇ ਵੱਖਰੇ ਪਿੰਡਾਂ ਦੇ ਵੱਖਰੇ ਵੱਖਰੇ ਬਲਾਕ ਦੇ ਨਾਲ ਸੰਬੰਧਿਤ ਜਿਹੜੇ ਕਿਸਾਨ ਨੇ ਉਹ ਇਸ ਵੇਲੇ ਦਿੱਲੀ ਵਾਲੇ ਪਾਸੇ ਰਵਾਨਾ ਹੁੰਦੇ ਹੋਏ ਨਜ਼ਰ ਆ ਰਹੇ ਨੇ, ਔਰ ਤਿਆਰੀ ਤੁਸੀਂ ਦੇਖ ਸਕਦੇ ਹੋ ਕਿ ਹਰ ਤਰੀਕੇ ਦੀ ਜਿਹੜੀ ਸੁਵਿਧਾ ਹੈ
ਚਾਹੇ ਉਹ ਰਹਿਣ ਦੇ ਲਈ ਜਾਂ ਸੌਣ ਦੇ ਲਈ, ਖਾਣ ਪੀਣ ਦੇ ਲਈ, ਹਰ ਇੱਕ ਤਰ੍ਹਾਂ ਦੀ ਜਿਹੜੀ ਸਮੱਗਰੀ ਹੈ ਉਹ ਇਹਨਾਂ ਟਰੈਕਟਰ ਟਰਾਲੀਆਂ ਦੇ ਵਿੱਚ ਮੌਜੂਦ ਹੈ। ਕਿਸਾਨ ਆਗੂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਕਿੰਨਾ ਵੱਡਾ ਇਹ ਕਾਫਲਾ ਜਿਹੜਾ ਦਿੱਲੀ ਵਾਲੇ ਪਾਸੇ ਜਾ ਰਿਹਾ। ਕੀ ਕਹਿਣਾ ਚਾਹੋਗੇ, ਕਿੰਨੀਆਂ ਕੁ ਟਰਾਲੀਆਂ ਨੇ ਔਰ ਕਿਹੜੇ ਕਿਹੜੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਕਿਸਾਨ? ਅੱਜ ਅਸੀਂ ਬਿਆਸ ਦਰਿਆ ਦੇ ਪੁਲ ਤੋਂ ਜਿਹੜਾ ਆਪਣਾ ਕਾਫਲਾ ਜਿਹੜਾ ਰਵਾਨਾ ਕਰ ਰਹੇ ਹਾਂ। ਸਵੇਰੇ ਅਰਲੀ ਮਾਰਨਿੰਗ 8 ਵਜੇ ਦਾ ਸਮਾਂ ਆ। ਇਹ ਟਰਾਲੀਆਂ 11 ਤਰੀਕ ਨੂੰ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਇਸ ਜਗ੍ਹਾ 'ਤੇ ਇਕੱਠੀਆਂ ਕੀਤੀਆਂ ਸੀਗੀਆਂ। ਅੱਜ ਸਾਰੀ ਰਾਤ ਜਿਹੜੀਆਂ ਕੱਲ੍ਹ 11 ਵਜੇ ਤੋਂ ਲੈ ਕੇ ਦੁਪਹਿਰ ਤੋਂ ਇੱਥੇ ਟਰਾਲੀਆਂ ਆਉਣੀਆਂ ਸ਼ੁਰੂ ਹੋਈਆਂ ਸੀ ਅਤੇ ਸਾਰੀ ਰਾਤ ਟਰਾਲੀਆਂ ਦੀ ਜਿਹੜੀ ਆਮਦ ਆ ਉਹ ਜਾਰੀ ਰਹੀ ਆ। ਤੋ ਸਵੇਰੇ ਅਰਲੀ ਮਾਰਨਿੰਗ ਜਿਹੜਾ ਕਾਫਲਾ ਇਹ ਆਪਾਂ ਫਤਿਹਗੜ੍ਹ ਸਾਹਿਬ ਨੂੰ ਰਵਾਨਾ ਕੀਤਾ ਇੱਥੇ। ਕੱਲ ਦਿੱਲੀ ਕੂਚ ਕਰਨ ਦੇ ਲਈ ਤਿਆਰੀ ਪੂਰੀ ਹੈ ਕਿਸਾਨ? ਬਿਲਕੁਲ ਜੀ, ਸਾਡੀ ਕੱਲ ਨੂੰ ਜਿਹੜੀ ਆ ਇਹ ਰਵਾਨਗੀ ਹੋ ਜਾਣੀ ਆ ਫਤਿਹਗੜ੍ਹ ਸਾਹਿਬ ਤੋਂ। ਅਗਲੇ ਪਾਸੇ ਸਰਕਾਰ ਨੇ ਸਾਡੇ ਕਿੱਲਾਂ ਦੀ ਖੇਤੀ ਕੀਤੀ, ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਵੇਖ ਰਹੇ ਹਾਂ। ਅਸੀਂ ਸਰਕਾਰ ਨੂੰ ਕਿੱਲਾਂ ਦੀ ਖੇਤੀ ਕਰਨ ਦੀ ਬਜਾਏ ਆਪਣੇ ਕਿਸਾਨਾਂ ਮਜ਼ਦੂਰਾਂ ਦੇ ਦੇਸ਼ ਦੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਅਪੀਲ ਕਰ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਵਾ ਉਹਨਾਂ ਦਾ ਜਿਹੜਾ ਹੱਲ ਆ ਉਹ ਕੀਤਾ ਜਾਵੇ। ਸਰਕਾਰ ਉਲਟਾ ਰਸਤੇ, ਬੱਚਿਆਂ ਦੇ ਪੇਪਰ ਹੋ ਰਹੇ ਆ, ਸਰਕਾਰ ਇੰਟਰਨੈਟ ਬੰਦ ਕਰ ਰਹੀ ਆ ਅਤੇ ਸਿਲੇਬਸ ਸਾਰਾ ਬੱਚਿਆਂ ਦਾ ਜਿਹੜਾ ਇੰਟਰਨੈਟ 'ਤੇ ਆ ਰਿਹਾ। ਦੂਸਰੀ ਗੱਲ, ਸਾਡੇ 'ਤੇ ਦੋਸ਼ ਲਾਉਂਦੇ ਹੀ ਆ ਸਰਕਾਰ ਕਿ ਜਿਹੜਾ ਵਾ ਕਿਸਾਨ ਰਸਤੇ ਰੋਕਦੇ ਆ। ਅਸੀਂ ਕੱਲ੍ਹ ਦੇ ਰੋਕ ਕੇ ਇੱਥੇ ਬੈਠੇ ਹਾਂ, ਕਿਸੇ ਜਗ੍ਹਾ ਦੇ ਉੱਤੇ ਤੁਸੀਂ ਵੇਖਿਆ ਹੋਵੇ ਕਿ ਕਿਸਾਨਾਂ ਨੇ ਟ੍ਰੈਫਿਕ ਜਾਮ ਕੀਤੀ ਆ। ਟ੍ਰੈਫਿਕ ਕੌਣ ਜਾਮ ਕਰ ਰਿਹਾ? ਸਰਕਾਰ ਕਰ ਰਹੀ ਆ। ਲੋਕਾਂ ਦੇ ਪੈਸੇ ਦੀ ਦੁਰਵਰਤੋਂ ਵੀ ਸਰਕਾਰ ਕਰ ਰਹੀ ਆ ਅਤੇ ਲੋਕਾਂ ਨੂੰ ਤੰਗ ਕਰਨ ਵਾਸਤੇ ਜਿਹੜੇ ਆ ਤਰੀਕੇ ਦੀ ਹਰਿਆਣੇ ਦੇ ਵਿੱਚ ਤਿਆਰੀ ਆ। ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਾਰ ਫਿਰ ਟਕਰਾਅ ਦੀ ਜਿਹੜੀ ਸਥਿਤੀ ਉਹ ਬਣ ਸਕਦੀ? ਦੇਖੋ ਜੀ, ਸਾਡੀ ਕੋਈ ਟਕਰਾਅ ਦੀ ਪਾਲਿਸੀ ਨਹੀਂ ਹੈ। ਅਸੀਂ ਦੇਸ਼ ਦੇ ਲੋਕਾਂ ਦਾ ਹੱਕ ਮੰਗਣ ਵਾਸਤੇ ਸਰਕਾਰ ਕੋਲ ਜਾ ਰਹੇ ਹਾਂ। ਅਸੀਂ ਬੜਾ ਪੀਸਫੁਲੀ ਅੰਦੋਲਨ ਆ, ਸਾਡੇ ਬੰਦੇ ਇੰਨੇ ਸਿੱਖਿਅਤ ਆ, ਇੰਨੇ ਜਾਬਤਾਬੰਦ ਆ ਕਿ ਹਮੇਸ਼ਾ ਹੀ ਪੀਸਫੁਲੀ ਅੰਦੋਲਨ ਕਰਦੇ ਆ। ਜਬਰ ਸਰਕਾਰ ਢਾਉਂਦੀ ਆ ਤੇ ਸਰਕਾਰ ਦੇ ਜਬਰ ਦਾ ਸਬਰ ਨਾਲ ਮੁਕਾਬਲਾ ਕਰਾਂਗੇ। ਇੱਕ ਮੀਟਿੰਗ ਵੀ ਹੋਣ ਜਾ ਰਹੀ ਹੈ ਸ਼ਾਮ ਨੂੰ, ਕੋਈ ਲੱਗਦਾ ਕਿ ਉਹਦੇ ਵਿੱਚ ਕੋਈ ਸਿੱਟਾ ਨਿਕਲੂਗਾ ਔਰ ਕਿਸਾਨ ਜਿਹੜੇ ਨੇ ਉਹ ਵਾਪਸ ਮੁੜ ਸਕਦੇ? ਦੇਖੋ ਜੀ, ਅਸੀਂ ਬੜੀ ਆਸ ਨਾਲ ਜਾਵਾਂਗੇ ਮੀਟਿੰਗ ਦੇ ਵਿੱਚ ਕਿ ਸਰਕਾਰ ਸਾਡੇ ਮਸਲਿਆਂ ਦਾ ਹੱਲ ਕਰੇ। ਆਪਣੀ ਗੱਲ ਟੇਬਲ ਤੇ ਸਰਕਾਰ ਦੇ ਸਾਹਮਣੇ ਰੱਖਾਂਗੇ, ਸਰਕਾਰ ਦਾ ਫਰਜ਼ ਆ। ਜੇ ਲੋਕਾਂ ਦੀ ਸਰਕਾਰ ਆ ਤੇ ਫਿਰ ਲੋਕਾਂ ਦੇ ਹੱਕ 'ਚ ਖਲੋਵੇ, ਲੋਕਾਂ ਦੇ ਮਸਲਿਆਂ ਦਾ ਹੱਲ ਕਰੇ। ਕੀ ਮੰਗਾਂ ਸਾਡੀਆਂ? ਸਾਡੀ ਮੰਗ ਆ ਵੀ ਦੇਸ਼ ਦੇ ਕਿਸਾਨ ਮਜ਼ਦੂਰ ਦਾ ਸਮੁੱਚਾ ਕਰਜ਼ਾ ਖਤਮ ਕਰੋ। ਸਰਕਾਰ ਕਾਰਪੋਰੇਟਾਂ ਦਾ ਕਰਜ਼ਾ ਖਤਮ ਕਰਦੀ ਆ। ਸਾਡੀ ਮੰਗ ਆ ਕਿ ਅਸੀਂ ਜਿਹੜੀਆਂ ਚੀਜ਼ਾਂ ਪੈਦਾ ਕਰਦੇ ਹਾਂ ਉਹਨਾਂ ਦੇ ਉੱਤੇ MSP ਗਰੰਟੀ ਕਾਨੂੰਨ ਦਿੱਤਾ ਜਾਵੇ। ਕੀ ਮੁਸ਼ਕਲ ਆ? ਇਸ ਤਰੀਕੇ ਦੀ ਤਿਆਰੀ ਕੀਤੀ ਜਾ ਰਹੀ ਆ। ਤੁਸੀਂ ਕਿੱਲਾਂ ਦੀ ਖੇਤੀ ਦੀ ਗੱਲ ਕਰ ਰਹੇ ਹੋ, ਤੁਹਾਨੂੰ ਲੱਗਦਾ ਕਿ ਕਿਸਾਨ ਦਿੱਲੀ ਪਹੁੰਚਣ ਦੇ ਵਿੱਚ ਕਾਮਯਾਬ ਹੋਣਗੇ? ਦੇਖੋ ਜੀ, ਇਹ ਪੰਜਾਬ ਦੇ ਲੋਕ ਆ, ਦੇਸ਼ ਦੇ ਲੋਕ ਆ। ਜੇ ਇਹਨਾਂ ਲੋਕਾਂ ਨੇ ਦੇਸ਼ ਦੇ ਵਿੱਚ ਅੰਗਰੇਜ਼ ਦਾ ਰਾਜ ਰਿਹਾ ਅਤੇ ਅੰਗਰੇਜ਼ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਫਿਰ ਇਹ ਨਹੀਂ ਗੱਲ ਹੈ ਕਿ ਸਰਕਾਰ ਸਾਨੂੰ ਦਿੱਲੀ ਨਹੀਂ। ਅਸੀਂ ਦੱਸਦੇ ਹਾਂ ਕਿ ਇਹ ਜਿਹੜਾ ਅੰਦੋਲਨ ਆ ਇਕੱਲਾ ਭਾਰਤ ਤੋਂ ਨਹੀਂ ਸ਼ੁਰੂ ਹੋ ਰਿਹਾ। ਤੁਸੀਂ ਵੇਖਦੇ ਯੂਰਪ ਦੇ ਕਿਸਾਨ ਵੀ ਸੜਕਾਂ 'ਤੇ ਆ, ਇਜ਼ਰਾਈਲ ਦੇ ਉਧਰਲੇ ਪਾਸੇ ਵੀ ਜਿਹੜਾ ਵਾ ਜਿਹੜੇ ਕਿਸਾਨ ਆ ਉਹ ਸੰਘਰਸ਼ ਦੇ ਮੈਦਾਨ ਵਿੱਚ ਆ। ਫਿਰ ਭਾਰਤ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋ ਰਿਹਾ ਕਿਉਂਕਿ ਇਹ ਪੂਰੇ ਵਰਲਡ ਦੇ ਫਾਰਮਰ ਦੀ ਜਿਹੜੀ ਆ ਸਮੱਸਿਆ ਬਣੀ ਪਈ ਆ। ਬਿਲਕੁਲ, ਇੱਕ ਵਾਰ ਮੈਂ ਤਸਵੀਰ ਪਹਿਲਾਂ ਦਿਖਾ ਦਿਆਂ ਕਿ ਵੱਡਾ ਕਾਫਲਾ ਜਿਹੜਾ ਉਹ ਰਵਾਨਾ ਹੋ ਰਿਹਾ। ਕਿਸਾਨ ਆਗੂ ਦੇ ਨਾਲ ਗੱਲਬਾਤ ਅਸੀਂ ਜਾਰੀ ਰੱਖਾਂਗੇ। ਇੱਕ ਵਾਰ ਤੁਸੀਂ ਦੇਖੋ ਕਿ
ਕਿੰਨਾ ਵੱਡਾ ਕਾਫਲਾ ਹੈ ਔਰ ਲਗਾਤਾਰ ਪਿਛਲੇ ਲਗਭਗ 15-20 ਮਿੰਟ ਪਹਿਲਾਂ ਇਸ ਕਾਫਲੇ ਨੂੰ ਜੋ ਹੈ ਤੋਰਨ ਦੀ ਕਾਰਵਾਈ ਸ਼ੁਰੂ ਹੋਈ ਸੀ ਔਰ ਲੰਬਾ ਕਾਫਲਾ ਤੁਸੀਂ ਦੇਖੋ ਕਿ ਲਗਾਤਾਰ